ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਂਸੀ ਰੀ ਸਾਧ ਗੁਰੂ ਜਗਜੀਤ ਸਿੰਘ ਜੀ ਤਾਂਸੀ ਰੀ ਸਾਧ ਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਦਾ ਸੀ ਲੇਖ ਹੈ ਚਿੰਤਾ ਤਿਸ ਹੀ ਹੈ ਸਾਖੀ ਸੰਬੰਧਿਤ ਹੈ ਨਰਿੰਦਰ ਸਿੰਘ ਖੁਰਾਣਾ ਲੇਖਕ ਹਨ ਅਜੀਤ ਸਿੰਘ ਜੀ ਲਾਇਲ ਗੁਰਸਾਖੀ ਭਾਗ 1 2 ਸਾਡੀ ਰਹਾਇਸ਼ ਦਿੱਲੀ ਵਿੱਚ ਗਾਂਧੀ ਨਗਰ ਸੀ ਤੇ ਦੁਕਾਨ ਲਾਜਪਤ ਰਾਏ ਮਾਰਕੀਟ ਚਾਂਦਨੀ ਚੌਕ ਵਿੱਚ ਅਸੀਂ ਘਰ ਤੋਂ ਦੁਕਾਨ ਤੇ ਸਾਈਕਲ ਉੱਪਰ ਜਾਇਆ ਕਰਦੇ ਸਾਂ ਸਾਡਾ ਉਹ ਸਾਈਕਲ ਕੋਈ ਸਾਈਕਲ ਚੋਰ ਚੁਰਾ ਕੇ ਲੈ ਗਿਆ ਸਾਡੇ ਕੋਲ ਇੰਨੀ ਪੂਜਿਤ ਨਹੀਂ ਸੀ ਕਿ ਅਸੀਂ ਹੋਰ ਸਾਈਕਲ ਖਰੀਦ ਸਕੀਏ ਪਿਤਾ ਜੀ ਰਸੂਬਾ ਹਸੀ ਕਿ ਆਪਣੀ ਕਮਾਈ ਚੋ ਗੁਰੂ ਕੇ ਲੰਗਰ ਲਈ ਦਸਵੰਦ ਕੱਢਿਆ ਕਰਦੇ ਸਨ ਤੇ ਇਹੀ ਸੁਭਾਅ ਉਹਨਾਂ ਸਾਡਾ ਵੀ ਪੱਕਿਆ ਕਰ ਰੱਖਿਆ ਸੀ ਤੇ ਅਸੀਂ ਐਸੀ ਸੁਭਾਅ ਘਰ ਕੇ ਦਸਵੰਦ ਕੱਢ ਸਾਗੂ ਜਗਜੀਤ ਸਿੰਘ ਜੀ ਦੇ ਚਰਣਾ ਵਿੱਚ ਭੇਟ ਕਰਦੇ ਆ ਰਹੇ ਹਾਂ ਸਾਗੂ ਜਗਜੀਤ ਸਿੰਘ ਜੀ ਦੀ ਅਪਾਰ ਬਖਸ਼ਿਸ਼ ਹੈ ਸਾਡੇ ਤੇ ਕਿ ਘਰ ਅਗਰੇਸਤੀ ਸਾਰੀਆਂ ਸੁੱਖ ਸਹੂਲਤਾਂ ਹਨ ਸਤਗੁਰਾਂ ਸੂਹਣੀ ਗੱਡੀ ਵੀ ਬਖਸ਼ੀ ਹੋਈ ਹੈ ਸਾਤਗੁਰਾਂ ਸੋਹਣੀ ਗੱਡੀ ਵੀ ਬਖਸ਼ੀ ਹੋਈ ਹੈ ਐਨੀ ਬਖਸ਼ਿਸ਼ ਹੈ ਸਾਗੁਰ ਜਗਜੀਤ ਸਿੰਘ ਜੀ ਦੀ ਕਿ ਜੇ ਮੈਂ ਚਾਹਾਂ ਹੁਣ ਕੋਈ ਵੀ ਗੱਡੀ ਖਰੀਦਣ ਦੀ ਸਬਰਥਾ ਰੱਖਦਾ ਹਾਂ ਇਹ ਗੱਲ ਨਰਿੰਦਰ ਸਿੰਘ ਖੂਣਾ ਸਰਦਾਰ ਗੁਰਬਖਸ਼ ਸਿੰਘ ਦੇ ਪੁੱਤਰ ਸਪੁੱਤਰ ਦਾਸ ਰਹਿਸਨ ਗੁਰਬਖਸ਼ ਸਿੰਘ ਜੋ ਪਿੱਛੋ ਜ਼ਿਲ੍ਹਾ ਗੁਜਰਾਵਾਲਾ ਫੀ ਲੋਕੀਆਂ ਨਜ਼ਦੀਕ ਕੋਈ ਵਾਲਾ ਤੋ ਸ਼ਰਨਾਰਤੀ ਬਾਣ ਹਿੰਦ ਬਾਗ ਦੀ ਵੰਡ ਵੇਲੇ ਗਾਂਧੀ ਨਗਰ ਦਿੱਲੀ ਵਸ ਗਏ ਸਨ ਨਰਿੰਦਰ ਸਿੰਘ ਖੁਰਾਣਾ ਦੱਸਣ ਲੱਗੇ ਲਾਜਪਤ ਰਾਏ ਮਾਰਕੀਟ ਵਿੱਚ ਸਾਡੀ ਦਰੀਆਂ ਖੇਸੀਆਂ ਦੀ ਦੁਕਾਨ ਸੀ ਰੋਜ਼ ਦੀ ਡੋਕੂ ਸੌਦੀ ਵਟਤ ਸੀ ਗੁਜ਼ਾਰਾ ਹੀ ਚੱਲਦਾ ਸੀ ਪਰ ਮਨ ਨੂੰ ਕੋਈ ਤਸੱਲੀ ਨਹੀਂ ਸੀ ਕੁਝ ਰੁਪਏ ਉਧਾਰ ਵੀ ਫੜੇ ਹੋਏ ਸਨ ਇੱਕ ਲੈਣੇਦਾਰ ਤੋਂ ਅਸਾ 2000 ਹੱਥ ਉਧਾਰ ਫੜਿਆ ਹੋਇਆ ਸੀ ਗੱਲ 1970-71 ਦੀ ਹੋਵੇਗੀ ਉਹ ਲੈਣੇਦਾਰ ਆਪਣੀ ਰਕਮ ਦੀ ਉਗਰਾਹੀ ਲਈ ਸਾਡੀ ਦੁਕਾਨ ਦੇ ਦੋ ਤਿੰਨ ਚੱਕਰ ਲਗਾ ਆ ਗਿਆ ਸੀ ਹੁਣ ਉਸ ਸਾਡੇ ਵਾਸਤੇ 8 ਚੌਥੀ ਵਾਰ ਆਉਣਾ ਸੀ ਸਾਨੂੰ ਡਰ ਸੀ ਕਿ ਜੇ ਇਸ ਵਾਰ ਉਸ ਦੀ ਰਕਮ ਨਾ ਮੋੜੀ ਗਈ ਉਹ ਜ਼ਰੂਰ ਔਖਾ ਭਾਰਾ ਹੋਏਗਾ ਤੇ ਕੱਬਾ ਵੀ ਬੋਲੇਗਾ ਮੈਂ ਸਵੇਰੇ ਦੁਕਾਨ ਖੋਲ੍ਹੀ ਸਫਾਈ ਕੀਤੀ ਸਾਗੂ ਜਗਜੀਤ ਸਿੰਘ ਜੀ ਦੀ ਤਸਵੀਰ ਸਾਵੀ ਜੋਤ ਜਗਾਈ ਤੇ ਧੂਪ ਤੁਖਾਈ ਧੂਪ ਪਖਾਈ ਹੱਥ ਜੋੜ ਅਰਦਾਸ ਕਰਨ ਲਗਾ ਅਰਦਾਸ ਕਰਦਿਆਂ ਮਨ ਇਹ ਨਾ ਹੀ ਕਾਗਰ ਸੀ ਕਿ ਮੈਨੂੰ ਸਾਗੂ ਜਗਜੀਤ ਸਿੰਘ ਜੀ ਦੀ ਸ਼ਖਸ਼ਾਤ ਮੂਰਤ ਮਹਿਸੂਸ ਹੋ ਰਹੀ ਸੀ ਮੇਰੀਆਂ ਜੋਦੜੀਆਂ ਸਨ ਕਿ ਪਾਸ਼ਾ ਜੀ ਅੱਜ ਕਿਰਪਾ ਹੋਵੇ ਆਪ ਜੀ ਦੀ ਜਹਰਾ ਕਰਾ ਮਾਤ ਵਰਤੇ ਕੋਈ ਦਰਗਾਹ ਹੀ ਢੋ ਟੁਕਾਓ ਕਿ ਅਸੀਂ ਇਸ ਲੈਣੇਦਾਰ ਦੀ ਰਕਮ ਦਾ ਭੁਗਤਾਨ ਕਰ ਸਕੀਏ ਜਿਉ ਜਿਉ ਦਿਨ ਚੜਦਾ ਗਿਆ ਭਾਵੇਂ ਵਟਤ ਨੀ ਗੁਣੀ ਸੀ ਪਰ ਵਿਸ਼ਵਾਸ ਸੀ ਕਿ ਪਾਸ਼ਾ ਜੀ ਨੇ ਮੇਰੀ ਅਰਦਾਸ ਸੁਣ ਲਈ ਹੈ ਜਰੂਰ ਕੋਈ ਨਾ ਕੋਈ ਟੁਕਾ ਟੁਕੇਗਾ ਕੜੀ ਦੀਆਂ ਸੂਈਆਂ ਨੇ ਦੁਪਹਿਰ ਦਾ 1 ਵਜਾ ਰਿੱਤਾ ਸੀ ਜੱਕੋ ਤੱਕੀ ਵਿੱਚ ਪ੍ਰਸ਼ਾਦਾ ਛਕਿਆ ਕਿ ਕਿਤੇ ਪ੍ਰਸ਼ਾਦਾ ਛਕਦਿਆਂ ਹੀ ਗਾਹਕ ਨਾ ਆ ਜਾਏ ਪ੍ਰਸ਼ਾਦਾ ਛੱਕ ਫਿਰ ਬਾਦਸ਼ਾਹ ਦੇ ਚਰਨਾਂ ਵਿੱਚ ਅਰਜ ਜੋਦੜੀ ਕੀਤੀ ਤਕਰੀਬਨ ਦੁਪਹਿਰ ਦੇ 2 ਵਜੇ ਸਨ ਕਿ ਜਥੇਦਾਰ ਦਰਸ਼ਨ ਸਿੰਘ ਜੀ ਦੁਕਾਨ ਤੇ ਆਏ ਅਕਸਰ ਪਹਿਲੋ ਵੀ ਜਥੇਦਾਰ ਜੀ ਗਾਹੇ ਬਗਾਹੇ ਆਂਦੇ ਜਾਂਦੇ ਦੁਕਾਨ ਤੇ ਆ ਜਾਇਆ ਕਰਦੇ ਸਨ ਫਤਿਹ ਫਤੂਹੀ ਉਪਰੰਤ ਸੁਭਾਵ ਗੱਲਾਂ ਬਾਤਾਂ ਹੋਣ ਲੱਗੀਆਂ ਸ੍ਰੀ ਭਿੰਡ ਸੇਵ ਦੀ ਗੱਲ ਹੋਈ ਸਾਧਗੁਰ ਜੀ ਬਾਰੇ ਪੁੱਛਿਆ ਹਜੂਰ ਕਿੱਥੇ ਦਰਸ਼ਨ ਦੇ ਰਹੇ ਹਨ ਮੁਸਕੁਰਾਉਂਦਿਆਂ ਜਿਥੇ ਦਾ ਦਰਸ਼ਨ ਸਿੰਘ ਹੋਰੀ ਆਪਣੇ ਬੋਝੇ ਚੋਂ 2000 ਰੁਪਏ ਕੱਢੇ ਤੇ ਮੈਨੂੰ ਫੜਾਉਂਦਿਆਂ ਆਖਣ ਲੱਗੇ ਕਿ ਇਹ ਮਾਇਆ ਸਾਧਗੁਰ ਜੀ ਨੇ ਭੇਜੀ ਹੈ ਤੇ ਹੁਕਮ ਕੀਤਾ ਹੈ ਨਰਿੰਦਰ ਸਿੰਘ ਨੂੰ ਪੁੱਜਦੀ ਕਰਨੀ ਤੇ ਆਖੜਾ 50 ਬਿਸਤਰੇ ਤਿਆਰ ਕਰਕੇ ਸ਼੍ਰੀ ਭੈਣੀ ਸਾਹਿਬ ਭੇਜ ਦੇਵੀਂ ਬੇਰ ਨਾ ਕਰੇ ਜਿੰਨੇ ਦਾ ਬਿੱਲ ਬਣੇਗਾ ਬਕਾਇਆ ਰਕਮ ਵੀ ਭੇਜ ਦਵਾਂਗੇ ਸਾਡੇ ਸੇਰ ਸਾਗੂ ਜਗਜੀਤ ਸਿੰਘ ਜੀ ਦੇ ਚਰਨਾ ਵਿੱਚ ਚੁੱਕ ਗਏ ਅਤੇ ਅੱਖਾਂ 'ਚ ਉਹ ਵੈਰਾਗ ਦੇ ਅਥਰੂ ਵਗਣ ਲੱਗ ਪਏ ਕਿ ਕਿਵੇਂ ਬਾਦਸ਼ਾਹ ਜੀ ਨੇ ਜਾਹਰਾ ਕਰਾਮਾਤ ਕਰ ਵਖਾਈ ਇਹ ਰਕ ਮਸਾਲਿਆਂ ਦੇ ਧਾਰ ਨੂੰ ਦੇਖ ਕੇ ਸੀਰੋ ਭਾਰ ਉਤਾਰਿਆ ਰਾਤ ਤੱਕ ਹੋਰ ਵੀ ਕਈ ਗਾਹ ਕਾ ਗਏ ਉਸ ਦਿਨ ਤੋਂ ਸਾਡਾ ਕੰਮ ਇੰਨਾ ਵਧਿਆ ਕਿ ਸਰਮਾਏ ਵੱਲੋਂ ਸੱਚੇ ਬਾਦਸ਼ਾਹ ਜੀ ਨੇ ਰਤੀ ਪਰਵੀ ਚਿੰਤਾ ਰਹਿਣੀ ਨਾ ਦਿੱਤੀ ਸਾਰੇ ਆਗਲੀਏ ਗਰੀਬ ਨਿਵਾਜ ਤਾਂ ਸਿਰ ਇਸਾਤ ਗੁਰੂ ਜਗਜੀਤ ਸਿੰਘ ਜੀ ਉਹਨਾਂ ਦੇ ਚਰਣਾ ਵਿੱਚ ਅਨਿਕਾ ਅਨਿਕਾ ਵਾਰ ਸਾਡੀ ਡੰਡੋਰ ਵੰਦਨਾ ਹੈ